ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਖਾਲਸਾ ਏਡ ਦੀ ਟੀਮ ਜੋ ਪੰਜਾਬ ਹੜ੍ਹ ਪੀੜਤਾਂ ਦੇ ਲਈ ਜਿਹੜਾ ਪ੍ਰੋਜੈਕਟ ਹੈ ਜਿਹੜਾ ਚਲਾਇਆ ਜਾ ਰਿਹਾ, ਜਿਸ ਦੇ ਵਿੱਚ ਇਸ ਟਾਈਮ ਮੁੜ ਵਸੇਬਾ ਸਾਰੇ ਪਰਿਵਾਰਾਂ ਦਾ, ਜਿਨ੍ਹਾਂ ਦੇ ਪਰਿਵਾਰ ਸਿਰਫ ਅਤੇ ਸਿਰਫ ਡੰਗਰਾਂ ਦੇ ਸਿਰ 'ਤੇ ਸੀ, ਜਿਨ੍ਹਾਂ ਦਾ ਰੁਜ਼ਗਾਰ ਜਿਹੜਾ ਉਹ ਜਿਹੜਾ ਰੁਜ਼ਗਾਰ ਹੈ ਉਹ ਸਿਰਫ ਪਸ਼ੂਆਂ ਦੇ ਕਰਕੇ, ਜੋ ਉਹਨਾਂ ਨੂੰ ਮਾਰ ਪਈ, ਜੋ ਉਹਨਾਂ ਦਾ ਦੁੱਧ ਪਾਉਣ ਦਾ ਸਿਸਟਮ ਸੀ, ਜੋ ਡੈਰੀਆਂ 'ਚ ਦੁੱਧ ਪਾਉਂਦੇ ਸੀ, ਉਹ ਸਾਰਾ ਜਿਹੜਾ ਉਸ ਦੇ ਤਹਿਤ ਅੱਜ ਖਾਲਸਾ ਏਡ ਦੇ ਵੱਲੋਂ ਜਿਹੜਾ ਪ੍ਰੋਜੈਕਟ ਹੈ, ਜਿਸ ਦੇ ਵਿੱਚ ਜਿਹੜੇ ਡੰਗਰ ਨੇ ਉਹ ਮੁਹੱਈਆ ਕਰਵਾਏ ਜਾ ਰਹੇ ਨੇ, ਦੁਧਾਰੂ ਪਸ਼ੂ ਜਿਹੜੇ ਖਾਲਸਾ ਏਡ ਦੇ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਨੇ, ਜਿਸ ਦੇ ਵਿੱਚ ਚਾਹੇ ਕਿਸੇ ਦੇ 4 ਪਸ਼ੂ, ਕਿਸੇ ਦੇ 5, ਕਿਸੇ ਦੇ 10 ਪਸ਼ੂਆਂ ਦਾ ਵੀ ਨੁਕਸਾਨ ਹੋਇਆ ਹੋਵੇ, ਪਰ ਖਾਲਸਾ ਏਡ ਦੇ ਵੱਲੋਂ ਇਸ ਟਾਈਮ ਪਸ਼ੂ ਦੀ ਜਿਹੜੀ ਹੈ ਉਹ ਜਿਹੜੀ ਜ਼ਿੰਮੇਵਾਰੀ ਹੈ ਉਹ ਚੱਕੀ ਗਈ ਆ। ਸੋ ਆਹ ਤੁਸੀਂ ਦੇਖ ਸਕਦੇ ਹੋ ਕਿ ਆਹ ਸਾਰੇ ਜਿਹੜੀ ਡਿਲੀਵਰੀ ਹੈ ਡਿਸਟ੍ਰੀਬਿਊਸ਼ਨ ਦੀ ਉਹ ਚਲਾਈ ਜਾ ਰਹੀ ਹੈ। ਇਹ ਸਾਰੇ ਪਸ਼ੂ ਖਰੀਦ ਕੇ ਅੱਜ ਖਾਲਸਾ ਏਡ ਦੇ ਵੱਲੋਂ ਜਿਹੜੇ ਕਿ ਉਹ ਭੇਜੇ ਜਾ ਰਹੇ ਨੇ। ਇਹ ਜੀ ਅੱਜ ਜਿੱਥੇ ਵੇਅਰ ਹਾਊਸ ਬਣਾਇਆ ਉੱਥੇ ਮੱਝਾਂ ਦੀ ਡਿਲੀਵਰੀ ਆ। ਜਿਹੜੇ ਦੁਧਾਰੂ ਪਸ਼ੂ ਆ ਜਿਹੜੇ ਉਹ ਖਾਲਸਾ ਏਡ ਵੱਲੋਂ ਖਰੀਦ ਕੇ ਅਤੇ ਨਾਲ ਨਾਲ ਜਿਹੜਾ ਜਿਹੜੀ ਇਹਨਾਂ ਦੀ ਇੰਸ਼ੋਰੈਂਸ ਆ ਉਹ ਵੀ ਇਕੱਲੇ ਇਕੱਲੇ ਪਸ਼ੂ ਦੀ ਇੰਸ਼ੋਰੈਂਸ ਕਰਾਈ ਜਾ ਰਹੀ ਆ ਜੀ। ਸਾਰੀ ਸੰਗਤ ਦਾ ਧੰਨਵਾਦ ਕਰਦਾ, ਜਿਹੜੇ ਵੀ ਆਪਦੇ ਤਿਲ ਫੁੱਲ ਕਮਾਈ 'ਚੋਂ ਦਾਨ ਦਿੰਦੇ ਆ, ਅਤੇ ਅੱਜ ਅਪਡੇਟ ਹੋਣ ਦਾ ਮਤਲਬ ਸਿਰਫ ਇਹੀ ਆ ਵੀ ਸੰਗਤ ਨੂੰ ਦੱਸਿਆ ਜਾਵੇ ਕਿ ਉਹਨਾਂ ਦਾ ਦਾਨ ਕਿੱਥੇ ਲੱਗਦਾ। ਪ੍ਰੋਪਰ ਵੈਰੀਫਿਕੇਸ਼ਨ ਕਰਾ ਕੇ ਕਰਕੇ ਪਿੰਡਾਂ 'ਚੋਂ ਟੀਮ ਜਾ ਕੇ ਜਿਨ੍ਹਾਂ ਜਿਨ੍ਹਾਂ ਦੇ ਵੀ ਪਸ਼ੂ ਹੜੇ ਸੀ ਉਹਨਾਂ ਤੋਂ ਉਹਨਾਂ ਪਰਿਵਾਰ ਨੂੰ ਇੱਕ ਇੱਕ ਦੁਧਾਰੂ ਪਸ਼ੂ ਦਿੱਤਾ ਜਾ ਰਿਹਾ। ਤਕਰੀਬਨ ਇੱਕ ਇੱਕ ਲੱਖ ਦੀ ਕੋਸਟ, 90,000 ਤੋਂ 1,00,000 ਦੀ ਕੋਸਟ ਕਰਦੇ ਨੇ ਇਹ ਪਸ਼ੂ। ਸੱਜਰ ਸੂਈਆਂ ਮੱਝਾਂ ਜਿਹੜੀਆਂ ਸਾਰੀਆਂ ਦਿੱਤੀਆਂ ਜਾ ਰਹੀਆਂ ਨੇ ਤਾਂ ਕਿ ਅੱਜ ਤੋਂ ਹੀ ਉਹਨਾਂ ਦਾ ਰੁਜ਼ਗਾਰ, ਉਹ ਆਪਣੇ ਪੈ ਦੁੱਧ ਘਰੇ ਵੀ ਪੀਣ ਅਤੇ ਆਪਣੇ ਦੁੱਧ ਵੇਚ ਕੇ 5-7-7-8 ਲੀਟਰ ਦੁੱਧ ਵੇਚ ਕੇ ਜੋ ਆਪਦੇ ਪਰਿਵਾਰ ਦਾ ਗੁਜ਼ਾਰਾ ਉਹ ਕਰ ਸਕਣ, ਨਾਲ ਇਹਨਾਂ ਨੂੰ ਫੀਡ, ਨਾਲ ਚੋਕਰ, ਨਾਲ ਅਚਾਰ, ਜਿਹੜਾ ਕਿ ਪੂਰੀ ਮਹੀਨੇ ਦੀ ਪੂਰੀ ਹੈਲਦੀ ਖੁਰਾਕ, ਜਿਹੜੀ ਆਪਾਂ ਪ੍ਰੋਟੀਨ ਕਹਿ ਸਕਦੇ ਹਾਂ ਖੁਰਾਕ, ਵੜੇਵਿਆਂ ਦੀ ਖਲ, ਨਾਲ ਚੋਕਰ, ਸਭ ਕੁਛ ਦਿੱਤਾ ਜਾ ਰਿਹਾ। ਤੁਸੀਂ ਵੇਖ ਸਕਦੇ ਹੋ ਜੀ ਸਾਡਾ ਜਿਹੜਾ ਅੱਜ ਮੁੜ ਵਸੇਬਾ ਜਿਹੜਾ ਖਾਲਸਾ ਏਡ ਦਾ ਚੱਲ ਰਿਹਾ ਉਹਦੇ ਤਹਿਤ ਅੱਜ ਅਸੀਂ ਡੰਗਰ ਜਿਹੜੇ ਆ ਸ਼ਾਹਕੋਟ ਏਰੀਏ ਦੇ ਵਿੱਚ ਦੇ ਰਹੇ ਹਾਂ। ਇਸ ਵਕਤ ਸਾਡੇ ਡੰਗਰ ਇੱਥੇ ਪਹੁੰਚ ਚੁੱਕੇ ਆ ਜੀ। ਤਕਰੀਬਨ 80 ਤੋਂ 1,00,000 ਰੁਪਏ ਦੀ ਮੱਝ ਆ ਜੀ, ਜਿਹੜੀ ਦੁੱਧ ਵਾਲੀ ਮੱਝ ਹੈ। ਅਸੀਂ ਖਾਲਸਾ ਏਡ ਵੱਲੋਂ ਇਸ ਮੱਝ ਦਾ ਬੀਮਾ ਵੀ ਕਰਕੇ ਦੇ ਰਹੇ ਹਾਂ, ਪਲੱਸ ਜਿਹੜਾ 1 ਮਹੀਨੇ ਦੀ ਫੀਡ ਜਾਂ ਜਿਹੜਾ ਖੁਰਾਕ, ਪਸ਼ੂ ਖੁਰਾਕ ਦਿੱਤੀ ਜਾ ਰਹੀ ਹੈ, ਕਿਉਂਕਿ ਇਹਨਾਂ ਕਿਸਾਨ ਵੀਰਾਂ ਦਾ ਜਿਹੜਾ ਫਸਲਾਂ ਦਾ ਨੁਕਸਾਨ ਹੋ ਗਿਆ ਸੀ, ਉੱਥੇ ਪੱਠਿਆਂ ਦਾ ਨੁਕਸਾਨ ਵੀ ਹੋ ਗਿਆ ਸੀਗਾ, ਕਿਉਂਕਿ ਚਾਰਾ ਵਗੈਰਾ ਜਿਹੜਾ ਉਹ ਪਿੰਡਾਂ ਦੇ ਵਿੱਚ ਹੁਣ ਅੱਜ ਕੱਲ੍ਹ ਨਹੀਂ ਹੈ, ਸਿਰਫ ਤੂੜੀ ਵਗੈਰਾ ਹੀ ਹੈ।
ਅਤੇ ਖਾਲਸਾ ਸਾਈਡ ਵੱਲੋਂ ਇੱਕ ਇੱਕ ਮਹੀਨੇ ਦਾ ਜਿਹੜਾ ਅਚਾਰ ਚੋਕਰ ਫੀਡ ਜਿਹੜੀ ਉਹ ਦਿੱਤੀ ਜਾ ਰਹੀ ਹੈ ਤਾਂ ਕਿ ਜਿਹੜਾ ਇਹ ਦੁੱਧ ਵਾਲਾ ਡੰਗਰ ਦਾ ਦੁੱਧ ਦਾ ਨੁਕਸਾਨ ਨਾ ਹੋਵੇ, ਕਿਉਂਕਿ ਜੇ ਇਹਨੂੰ ਹੁਣ ਤਾਜ਼ੀਆਂ ਸੂਈਆਂ ਮੱਝਾਂ ਨੇ, ਇਹਨਾਂ ਨੂੰ ਜੇ ਦੁੱਧ ਦਾ ਆਪਣਾ ਜੇ ਇਹਨਾਂ ਨੂੰ ਫੀਡ ਵਗੈਰਾ ਨਹੀਂ ਮਿਲੂਗੀ ਤਾਂ ਇਹਨਾਂ ਦਾ ਜਿਹੜਾ ਦੁੱਧ ਆ ਉਹਦਾ ਨੁਕਸਾਨ ਹੋ ਸਕਦਾ। ਤਾਂ ਅਸੀਂ ਸੰਗਤ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਜੋ ਖਾਲਸਾ ਏਡ ਨੂੰ ਤੁਸੀਂ ਸਹਿਯੋਗ ਦੇ ਰਹੇ ਹੋ ਉਸ ਦੀ ਖਾਲਸਾ ਏਡ ਵੱਲੋਂ ਜਿਹੜੀ ਆ ਸੁਚੱਜੇ ਢੰਗ ਨਾਲ ਵਰਤੋਂ ਕੀਤੀ ਜਾ ਰਹੀ ਹੈ ਕਿ ਜਿਹੜੇ ਜਿਹੜੇ ਵੀ ਪਰਿਵਾਰਾਂ ਦਾ ਡੰਗਰਾਂ ਦਾ ਨੁਕਸਾਨ ਸੀਗਾ ਉਹਨਾਂ ਨੂੰ ਸਾਡੇ ਵਲੰਟੀਅਰਸ ਆਪ ਮੰਡੀਆਂ 'ਚ ਜਾ ਕੇ ਘਰਾਂ 'ਚ ਜਾ ਕੇ ਚੰਗੇ ਦੁੱਧ ਵਾਲੇ ਚੰਗੀ ਨਸਲ ਦੇ ਡੰਗਰ ਜਿਹੜੇ ਆ ਉਹ ਦੇ ਰਹੀ ਹੈ। ਸੋ ਤੁਸੀਂ ਇਸ ਤਰ੍ਹਾਂ ਹੀ ਸੰਗਤ ਜਿਹੜੀ ਆ ਸਹਿਯੋਗ ਦਿੰਦੀ ਰਹੇ। ਖਾਲਸਾ ਏਡ ਗੁਰੂ ਨਾਨਕ ਸਾਹਿਬ ਦਾ ਜਿਹੜਾ ਸਰਬੱਤ ਦੇ ਭਲੇ ਦਾ ਜਾਂ ਮਨੁੱਖਤਾ ਦਾ ਜਿਹੜਾ ਮੈਸੇਜ ਆ ਉਹ ਘਰ ਘਰ ਦਿੰਦੀ ਰਹੇ। ਤੁਹਾਡੇ ਸਹਿਯੋਗ ਸਦਕਾ ਹੀ ਜਿਹੜਾ ਇਹ ਸੰਭਵ ਹੋ ਸਕਿਆ ਕਿ ਅਸੀਂ ਆਪਣੇ ਭਰਾਵਾਂ ਦੀ ਬਾਂਹ ਫੜੀ ਹੈ ਕਿ ਜਿਹੜੇ ਪਿਛਲੇ ਦਿਨੀ ਪੰਜਾਬ ਹੜ੍ਹਾਂ ਕਾਰਨ ਜਿਹਨਾਂ ਨੂੰ ਮਾਰ ਪਈ ਕਿ ਉਹਨਾਂ ਦੀਆਂ ਫਸਲਾਂ, ਉਹਨਾਂ ਦੇ ਘਰਾਂ ਦਾ ਨੁਕਸਾਨ, ਉਹਨਾਂ ਦਾ ਡੰਗਰਾਂ ਦਾ ਨੁਕਸਾਨ। ਸੋ ਇਸੇ ਤਰ੍ਹਾਂ ਤੁਸੀਂ ਸਹਿਯੋਗ ਦਿੰਦੇ ਰਹੋ। ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇਹਨਾਂ ਵੀਰਾਂ ਨੇ ਅੱਜ ਜਿਨ੍ਹਾਂ ਨੇ ਆਉਣਾ ਸੀਗਾ ਡੰਗਰ ਲੈਣ ਉਹਨਾਂ ਦੇ ਪ੍ਰਸ਼ਾਦੇ ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ। ਅਤੇ ਇਹ ਸ਼ਾਹਕੋਟ ਏਰੀਏ ਦੇ ਵਿੱਚੋਂ ਜਿਹੜੇ ਪਿੰਡ ਸੀਗੇ ਉਹਨਾਂ ਦੇ ਵਿੱਚ ਕਿਸਾਨ ਵੀਰ ਜਿਹੜੇ ਅੱਜ ਇੱਥੋਂ ਖਾਲਸਾ ਏਡ ਦਾ ਜਿਹੜਾ ਬੇਸ ਕੈਂਪ ਹੈ ਨਕੋਦਰ ਉਹਦੇ ਉੱਥੋਂ ਡੰਗਰ ਲੈਣ ਆਏ ਹੋਏ ਨੇ। ਇਹ ਇਹਨਾਂ ਨੂੰ ਜੋ ਪਸ਼ੂ ਖੁਰਾਕ ਇੱਕ ਇੱਕ ਪਸ਼ੂ ਦੁੱਧ ਵਾਲਾ ਦਿੱਤਾ ਜਾ ਰਿਹਾ। ਸੋ ਸੰਗਤ ਇਸੇ ਤਰ੍ਹਾਂ ਸਹਿਯੋਗ ਦਿੰਦੀ ਰਹੇ ਤਾਂ ਅਸੀਂ ਗੁਰੂ ਨਾਨਕ ਸਾਹਿਬ ਦਾ ਸਰਬੱਤ ਦੇ ਭਲੇ ਦਾ ਜੋ ਮੈਸੇਜ ਆ ਉਹ ਘਰ ਘਰ ਪਹੁੰਚਾਉਂਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।